ਸਮਝ ਦੀ ਗੱਲ ਹੁੰਦੀ ਆ, ਸੈਂਸ ਦੀ ਗੱਲ ਹੁੰਦੀ ਆ, ਪ੍ਰੋਫੈਸ਼ਨ ਦੀ ਗੱਲ ਹੁੰਦੀ ਆ, ਲਿਆਕਤ ਦੀ ਗੱਲ ਹੁੰਦੀ ਆ, ਅਕਲ ਦੀ ਗੱਲ ਹੁੰਦੀ ਆ, ਉਹ ਹੈ ਨਹੀਂ ਤੇਰੇ ਵਿੱਚ। ਤਿੰਨ ਦਿਨ ਤੋਂ ਇੱਥੇ ਹੀ ਬੈਠੇ ਭਾਈ ਸਾਹਿਬ ਤੁਸੀਂ ਮੇਰੀ ਰਾਣੋ। ਮੈਂ ਗੂਗਲ ਪੇ ਕਰਦਾ ਮੇਰੇ ਤੈਨੂੰ, ਮੈਂ ਨੰਬਰ ਭੇਜ ਦੇ ਆਪਣਾ ਮੇਰੀ ਰਾਣੋ। ਜਦੋਂ ਐਸਾ ਪੈਰ ਸਲਿੱਪ ਹੋਇਆ ਜੀ, ਫਿਰ ਅਸੀਂ ਕਈ ਦਿਨ ਮਿਹਨਤ ਕਰੀ, ਫਿਰ ਲੱਭ ਗਈ ਲਾਸ਼ ਜੀ। ਨਹੀਂ, ਪੈਰ ਲੱਭਿਆ ਜੀ ਇਕੱਲਾ। ਇੱਥੇ ਦੀ ਗੱਲ ਹੈ ਜੀ, ਆ ਇੱਥੇ, ਆ ਆ ਇੱਥੇ ਪੱਥਰ ਦੇ ਕੋਲ। ਉਹ ਤੂੰ ਵੀ ਬੋਲ ਲਾ ਕੁਛ। ਓ ਯਾਰ, ਤੂੰ ਕਿੱਡਾ ਮੂਰਖ ਬੰਦਾ ਹੈ ਤੂੰ। ਤਾਂ ਮੈਂ ਤੇ ਅੱਗੇ ਵੀ ਫੋਨ ਕਰਾਤੇ, ਮੈਂ ਦੋ ਵਾਰ ਡੁਬਕੀ ਲਾਇਆ ਆ ਪਾਣੀ ਦੇ ਵਿੱਚ। 50 ਮੀਟਰ ਅਸੀਂ ਲਾਸ਼ ਇੱਧਰ ਨੂੰ ਲੱਭ ਲਈ, 70 ਮੀਟਰ ਉੱਧਰ ਨੂੰ ਲੱਭ ਲਈ, 100 ਮੀਟਰ ਅਸੀਂ ਇੱਧਰ ਨੂੰ ਲੱਭ ਲਈ। ਹੌਸਲਾ ਰੱਖ ਭਾਈ, ਲੱਭ ਰਹੇ ਆ ਲਾਸ਼ ਨੂੰ। ਦੇਖ, ਪਿਛਲੇ 3 ਦਿਨਾਂ ਤੋਂ ਤੂੰ ਇੱਦਾਂ ਹੀ ਬੈਠਾ ਉਦਾਸ ਆ। ਅਸੀਂ ਮੰਨਦੇ ਆ ਤੇਰਾ ਘਰ ਵਾਲੀ ਨਾ ਬਹੁਤ ਮੋਹਤ ਆ, ਜੋ ਹੋਣਾ ਸੀ ਉਹ ਤਾਂ ਹੋ ਗਿਆ। ਜੇ ਤੂੰ ਉਸੇ ਦਿਨ ਆ ਜਾਂਦਾ ਤਾਂ ਹੁਣ ਤੱਕ ਤਾਂ ਲਾਸ਼ ਆਪਾਂ ਨੇ ਲੱਭ ਲੈਣੀ ਸੀ, ਠੀਕ ਆ, ਮਿਲ ਜੂਗੀ। ਜੋ ਹੋਣਾ ਸੀ ਉਹ ਤਾਂ ਹੋ ਗਿਆ, ਰੱਬ ਦੇ ਅੱਗੇ ਕੀਦਾ ਜੀ। ਹੌਸਲਾ ਰੱਖ, ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫੌਜੀ ਗੋਤਾਖੋਰ ਹੈ ਕੋਈ ਇੱਥੇ, ਮੈਨੂੰ ਲੱਭ ਰਿਹਾ ਸੀ। ਮੈਂ ਹੀ ਹੈ ਜੀ, ਦਾਸ ਨੂੰ ਫੌਜੀ ਗੋਤਾਖੋਰ ਕਹਿੰਦੀ। ਪਾਣੀ 'ਚ ਗੋਤਾ ਲਾਉਂਦੇ ਤੁਸੀਂ? ਭਾਜੀ, ਪਾਣੀ 'ਚ ਗੋਤਾ ਲੱਗਦਾ ਜੀ, ਫਿਰ ਰੇਤੇ 'ਚ ਗੋਤਾ ਲੱਗਦਾ ਸੁਣਿਆ ਜੀ ਤੁਸੀਂ। ਹੁਕਮ ਕਰੋ ਜੀ। ਮੈਂ ਬਾਹਰੋਂ ਆਇਆ ਜੀ। ਕਿਹੜੀ ਕੰਟਰੀ 'ਚ ਆਏ? ਮੈਂ ਨਹੀਂ, ਬਾਹਰ ਇੱਧਰ ਨਵਾਂ ਸ਼ਹਿਰ ਰਹਿੰਦੇ ਜੀ। ਅਸਲ 'ਚ ਮੈਨੂੰ ਇੱਕ ਕੰਮ ਸੀਗਾ ਤੁਹਾਡੇ ਨਾਲ। ਮੈਂ ਨਾ ਦਰਅਸਲ ਆਇਆ ਸੀ, ਮੇਰੇ ਘਰ ਦਾ ਵੀ ਇੱਕ ਜੀ ਹੈ ਜੀ ਜਿਹੜਾ ਪਾਣੀ 'ਚ ਡੁੱਬ ਗਿਆ। ਉਹ ਇੱਥੇ ਆਇਆ, ਉਹਦਾ ਪੈਰ ਕਹਿੰਦੇ ਫਿਸਲ ਫੁਸਲ ਗਿਆ ਤੇ ਦਰਿਆ 'ਚ ਡੁੱਬ ਗਿਆ ਸਾਡਾ ਜੀ ਘਰ ਦਾ। ਫਿਸਲ ਜਾਂਦਾ ਜੀ ਪੈਰ, ਫਿਸਲ ਜਾਂਦਾ। ਇੱਥੇ ਰੀਟਾ ਦੀ ਕੁੜੀ ਸੀ ਜੀ, ਉਹ ਆਈ ਜੀ, ਉਹਨੇ ਸੈਲਫੀ ਲਈ ਜੀ ਪਹਿਲਾਂ। ਹਾਂ, ਚੰਗੀ ਭਲੀ ਨੇ ਸੈਲਫੀ ਲਈ ਤੇ ਜਾਣ ਲੱਗੀ। ਮਨ 'ਚ ਲਾਲਚ ਆ ਗਈ। ਇੱਥੇ ਦੀ ਗੱਲ ਹੈ ਜੀ, ਆ ਇੱਥੇ, ਆ ਆ ਇੱਥੇ ਪੱਥਰ ਦੇ ਕੋਲ। ਅੱਛਾ ਅੱਛਾ। ਸੈਲਫੀ ਲਈ ਜੀ ਉਹਨੇ, ਮਨ 'ਚ ਲਾਲਚ ਆ ਗਈ। ਜਦ ਰੀਲ ਬਣਾਉਣ ਲੱਗੀ ਜੀ, ਪੈਰ ਸਲਿੱਪ ਹੋ ਗਈ। ਫਿਰ ਲੱਭ ਗਈ ਲਾਸ਼ ਜੀ? ਨਹੀਂ, ਪੈਰ ਲੱਭਿਆ ਜੀ ਇਕੱਲਾ। ਫਿਰ ਉਹਦੇ ਘਰਦਿਆਂ ਨੇ ਵੀ ਪੈਰ ਦੇ ਸੰਸਕਾਰ ਕੀਤਾ ਜੀ, ਪੈਰ ਦੀ ਫੁੱਲ ਚੁੱਕੇ ਜੀ। ਬਸ ਦੇਖ ਲਓ ਜੀ, ਫਿਰ ਲੋਕ ਵੀ ਪੈਰੋ ਪੈਰੀ ਆ ਕੇ ਪੈਰੋ ਪੈਰੀ ਮੁੜ ਗਏ। ਮੈਂ ਕਿਹਾ ਵੀ ਬਥੇਰਾ ਉਹਨਾਂ ਨੂੰ ਵੀ ਜਦੋਂ ਤੁਸੀਂ ਪਾਣੀ 'ਚ ਫਿਰ ਫੁੱਲ ਵਹਾਉਣੇ ਆ ਵੀ ਪਾਣੀ 'ਚ ਰਹਿਣ ਦਿਓ, ਪੈਰ ਰਸਮਾਂ ਹੈ ਜੀ। ਹਾਂ, ਬੈਠੋ ਤੁਸੀਂ, ਵੇਟਿੰਗ ਏਰੀਆ ਸਾਡਾ। ਠੀਕ ਹੈ। ਹਾਂ, ਜੇ ਤੁਹਾਨੂੰ ਠੰਡ ਲੱਗੇ, ਦਰਿਆ ਹੈ ਨਾ ਨਹਿਰ, ਠੰਡ ਲੱਗ ਗਈ, ਫਿਰ ਅਸੀਂ ਚੁੱਲ੍ਹਾ ਬਾਲ ਦਿੰਦੇ। ਤੁਹਾਡਾ ਰੇਟ ਕੀ ਹੈ ਜੀ? ਰੇਟ ਦੀ ਗੱਲ ਐਂ ਹੈ ਜੀ, ਜੇ ਤਾਂ ਜੀ ਉਹ ਲਾਸ਼ ਹੈਗੀ 70 ਸਾਲ ਦੀ ਉਮਰ ਦੇ ਸਾਹਮਣੇ, ਫਿਰ ਅਸੀਂ ਲੈਂਦੇ ਹਾਂ ਜੀ 3100। ਜੇ 60 ਕੁ ਸਾਲ ਦੀ ਲਾਸ਼ ਹੈ ਜੀ, ਅੱਧ ਖੜ ਜੀ ਹੈ, ਫਿਰ ਅਸੀਂ ਲੈਂਦੇ ਹਾਂ ਜੀ 4100। ਜੇ ਉਹ ਤੋਂ ਥੱਲੇ ਹੈ ਜੀ ਲਾਸ਼, ਫਿਰ ਅਸੀਂ ਲੈਂਦੇ ਜੀ 5100। ਅਤੇ ਜੇ ਜਵਾਨ ਹੈ ਲਾਸ਼, ਫਿਰ ਉਹਦਾ ਲੈਂਦੇ ਜੀ ਅਸੀਂ 6100। ਜੇ ਰਲੀ ਮਿਲੀ ਜੀ ਲਾਸ਼, ਫਿਰ 7100। ਚਲੋ, ਮੈਂ ਨਾ ਜੀ ਤੁਹਾਨੂੰ ਉੱਕਾ ਪੁੱਕਾ 11000 ਰੁਪਏ ਦਊਂਗਾ। ਠੀਕ ਠੀਕ ਹੈ, ਠੀਕ ਹੈ ਜੀ। ਅਤੇ ਤੁਸੀਂ ਬਸ ਕੰਮ ਸ਼ੁਰੂ ਕਰੋ। ਦੇਖੋ ਜੀ, ਲਾਸ਼ ਦੀ ਤੁਸੀਂ ਫਿਕਰ ਨਾ ਕਰੋ, ਸਾਡਾ ਖਾਨਦਾਨੀ ਕੰਮ ਹੈ ਜੀ। ਲਾਸ਼ ਤਾਂ ਅਸੀਂ ਲੱਭ ਕੇ ਹਟਦੇ ਜੀ। ਤੇ ਇਹ ਭਾਈ ਸਾਹਿਬ? ਇਹ ਭਾਈ ਸਾਹਿਬ ਦੀ ਬੜੀ ਦਰਦ ਭਰੀ ਕਹਾਣੀ ਹੈ ਜੀ। ਅੱਛਾ। ਇਹ ਪਿਛਲੇ 3 ਦਿਨਾਂ ਤੋਂ ਇੱਥੇ ਬੈਠੇ ਜੀ, ਇਹਨਾਂ ਦੀ ਘਰ ਵਾਲੀ ਡੁੱਬ ਗਈ। ਅੱਛਾ। ਦੇਖੋ, ਜੋ ਹੋਣਾ ਜੀ ਉਹ ਤਾਂ ਹੋ ਲਿਆ ਜੀ, ਬਸ ਉਹਨੂੰ ਮਨਜ਼ੂਰ ਆ ਜੋ। ਬਸ ਜੀ, ਇੱਥੇ ਡੁੱਬੀ ਹੈ ਜੀ, ਤੈਨੂੰ ਬੁਲਬੁਲੇ ਨਿਕਲੇ ਜੀ ਕਹਿੰਦੇ, ਪਾਣੀ ਦੇ ਬੁਲਬੁਲੇ ਕੀ ਬੁਨਿਆਦਾਂ ਤੇਰੀ। ਬਸ ਜੀ ਬਸ। ਉਹ ਜਿਹੜੇ ਤੁਹਾਡੇ ਘਰਦਿਆਂ ਦੀ ਲਾਸ਼ ਹੈ ਜੀ ਇੱਧਰ। ਹਾਂਜੀ ਹਾਂਜੀ। ਮਤਲਬ
ਘਰੇ ਕੋਈ ਲੜਾਈ ਲੜੀ ਹੋ ਗਈ ਸੀ ਕਿੱਦਾਂ ਜੀ? ਨਹੀਂ ਬਸ ਲੜਾਈ ਤਾਂ ਕੁਛ ਨਹੀਂ ਜੀ, ਕਦੇ ਉਹ ਤਾਂ ਕਦੇ ਬੋਲੀ ਨਹੀਂ ਜੀ ਸਾਡੇ ਸਮੂਹਰੇ, ਤਾਂ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਘਰ 'ਚ ਹੈ ਜਾਂ ਨਹੀਂ, ਕਿਸੇ ਨੂੰ ਨਹੀਂ ਸੀ ਪਤਾ ਲੱਗਦਾ। ਅੱਛਾ, ਬਹੁਤ ਗੌਰ ਨਾਲ ਦੇਖੋ, ਗੌਰ ਨਾਲ ਉਹਨੂੰ ਉਹਦੇ ਵੱਲ ਧਿਆਨ ਦਿਓ ਤਾਂ ਪਤਾ ਲੱਗਦਾ ਸੀ। ਅੱਛਾ ਹਾਂ, ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਨਹਿਰ ਵੱਲ ਜੀ? ਉਹ ਜੀ ਐਂ ਹੋਇਆ ਵੀ ਅਸੀਂ ਉਹਨੂੰ ਬੜਾ ਲੱਭਦੇ ਰਹੇ, ਘਰ 'ਚ ਲੱਭਿਆ, ਘਰ 'ਚ ਹੈ ਨਹੀਂ, ਹਰ ਖੂੰਜੇ 'ਚ। ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਭਾਈ ਇੱਧਰ ਨੂੰ ਜਾਂਦੇ ਆ, ਦੇਖਿਆ ਸੀ ਤੁਹਾਡੇ ਘਰ ਦਾ ਜੀ, ਰਾਣੋ ਆ ਜੀ ਤੁਹਾਨੂੰ ਸੂਹ ਦੇਤੀ? ਹਾਂ, ਰਾਣਾ ਨੂੰ ਇੱਧਰ ਨੂੰ ਜਾਂਦੇ ਦੇਖਿਆ। ਅੱਛਾ, ਨਾਂ ਰਾਣੋ ਹੈ? ਹਾਂਜੀ। ਫਿਰ ਅਸੀਂ ਇੱਧਰ ਪਤਾ ਕਰਾਇਆ, ਫਿਰ ਉਹ ਕਹਿੰਦੇ ਵੀ ਫੌਜੀ ਗੋਤਾਖੋਰ ਆ ਉਹ ਲਵ ਸਾਦਾ ਦਰਿਆ 'ਚ ਗਈ ਆ ਤੁਹਾਡੀ, ਜੇ ਜਿਉਂਦੀ ਮਿਲ ਗਈ ਤਾਂ 55,000 ਰੁਪਏ ਦਊਂਗਾ ਮੈਂ ਤੁਹਾਨੂੰ। ਦੇਖੋ ਜੀ, ਵੈਸੇ ਤਾਂ ਰੱਬ ਦੇ ਘਰ 'ਤੇ ਜਿਉਂਦਾ ਮੁੜਿਆ ਬੰਦਾ ਉਹਦੇ ਵਰਗੀ ਰੀਸ ਨਹੀਂ ਜੀ ਕੋਈ, ਪਰ ਫਿਰ ਵੀ ਅਸੀਂ ਲੱਭਦੇ ਜੀ। ਕੋਈ ਨਹੀਂ ਭਾਈ ਸਾਹਿਬ, ਹੌਸਲਾ ਰੱਖੋ ਤੁਸੀਂ, ਠੀਕ ਹੈ? ਜਿਹੜਾ ਧਰਤੀ 'ਤੇ ਆਇਆ ਜੀ ਉਹਨੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਹੈ, ਇੱਦਾਂ ਨਹੀਂ ਹੁੰਦਾ ਹੁੰਦਾ। ਆ ਲਿਆਓ ਜੀ, ਇੱਥੇ ਮੁੱਠੀ ਕਰੋ ਜੀ। ਤਿੰਨ ਦਿਨ ਤੋਂ ਇੱਥੇ ਬੈਠੇ ਭਾਈ ਸਾਹਿਬ ਤੁਸੀਂ, ਹਿੱਲੇ ਡੁੱਲੇ ਵੀ ਨਹੀਂ। ਇਜਾਜ਼ਤ ਹੈ ਜੀ? ਹਾਂਜੀ ਹਾਂ, ਇਜਾਜ਼ਤ ਹੈ, ਇਜਾਜ਼ਤ ਹੈ ਜੀ। ਤੁਸੀਂ ਗੱਲ ਕਿਹੜੀ ਕਰਤੀ, ਘਬਰਾਉਣ ਦੀ ਲੋੜ ਨਹੀਂ ਹੈ, ਗੋਤਾਖੋਰ ਹੈ ਉਰੇ, ਮਿਲ ਜਾਣੀ ਆ ਲਾਸ਼, ਤੁਸੀਂ ਚਿੰਤਾ ਕਿਉਂ ਕਰੀ ਹੈ? ਭਾਈ ਸਾਹਿਬ ਕੋਈ ਫੋਟੋ ਦਿਓ, ਮੈਨੂੰ ਪਛਾਣ ਹੋ ਜੂਗੀ ਫਿਰ ਅੰਦਰ। ਫੋਟੋ ਤਾਂ ਅਸੀਂ ਉਹਦੀ ਕੋਈ ਖਿੱਚ ਨਹੀਂ ਸਕੇ ਜੀ। ਖਿੱਚੀ ਨਹੀਂ ਜੀ ਫੋਟੋ? ਨਹੀਂ। ਕੋਈ ਗੱਲ ਲੱਭ ਲਾਂਗੇ ਜੀ, ਲਾਸ਼ ਲੱਭ ਲਾਂਗੇ, ਕੋਈ ਗੱਲ। ਕਮਾਲ ਹੈ, ਲਾਸ਼ ਤਾਂ ਮੈਨੂੰ ਤੂੰ ਹੀ ਲੱਗਦਾ, ਲਾਸ਼ ਮਿਲ ਜਾਣੀ ਹੈ, ਕੋਈ ਐਸੀ ਗੱਲ ਨਹੀਂ ਹੈ। ਭਾਈ ਸਾਹਿਬ ਉਮਰ ਕਿੰਨੀ ਕੀ ਸੀ ਉਹਨਾਂ ਦੀ? ਉਮਰ ਤਾਂ ਜੀ ਤੁਸੀਂ ਲਾ ਲਓ ਸਾਹਿਬ, ਅਸੀਂ ਨੋਟੇ ਨਹੀਂ ਕਰ ਸਕਦੇ। ਕੋਈ ਗੱਲ, ਹਾਂ ਲੱਭ ਲਾਂਗੇ ਜੀ। ਉਹ ਤੂੰ ਮੈਨੂੰ ਆਪ ਹੀ ਲਾਸ਼ ਲੱਗਦਾ ਜੱਗਰ, ਕੋਈ ਹਿੱਲ ਜੁੱਲ ਹੋਵੇ ਬੰਦੇ 'ਚ, ਕੋਈ ਹਰਕਤ ਹੋਵੇ। ਭਾਈ ਸਾਹਿਬ ਕੱਪੜੇ ਲੀੜੇ ਦੀ ਪਛਾਣ ਕੋਈ ਦੱਸ ਦਿਓ। ਕੱਪੜੇ ਲੀੜੇ ਤਾਂ ਉਹਦੇ ਕੋਈ ਵੀ ਨਹੀਂ ਸੀ ਪਾਇਆ ਹੋਇਆ, ਬੱਚਾ। ਤੁਸੀਂ ਫਿਕਰ ਨਾ ਕਰੋ, ਲਾਸ਼ ਲੱਭ ਲਾਂਗੇ ਆਪਾਂ। ਹਾਂ ਕੋਈ ਚੱਕਰ, ਬੱਚਿਆਂ ਵਾਂਗੂ ਹੀ ਰੱਖਿਆ ਹੋਇਆ ਸੀ ਇਹਨੂੰ ਅਸੀਂ, ਕੁਛ ਵੀ ਖਾਣਾ ਪੀਣਾ ਅਸੀਂ ਨਹੀਂ ਕਦੇ ਇਹਨੂੰ ਮਨਾ ਕਰਿਆ, ਜਿੱਥੇ ਮਰਜ਼ੀ ਜਾਵੇ ਜਿੱਥੇ ਮਰਜ਼ੀ ਆਵੇ। ਭਾਈ ਸਾਹਿਬ ਕਿੰਨੇ ਕੁ ਦਿਨ ਹੋ ਗਏ ਜੀ? 15 ਦਿਨ ਹੋ ਗਏ, ਤੁਸੀਂ 20 ਦਿਨ ਲਾ ਲਓ। ਨਹੀਂ ਲਾ ਲਓ ਤਾਂ ਤੁਸੀਂ ਉਹ ਲਾਉਣਾ ਜੀ, ਅਸੀਂ ਨਹੀਂ ਲਾਉਣਾ। ਤੁਸੀਂ ਸਾਨੂੰ ਇਹ ਦੱਸੋ ਵੀ ਕਿੰਨੇ ਕੁ ਦਿਨ ਹੋ ਗਏ ਜੀ? 20 ਦਿਨ ਹੋ ਗਏ ਜੀ। 20 ਦਿਨ ਹੋ ਗਏ? ਹਾਂਜੀ। ਭਾਈ ਸਾਹਿਬ 20 ਦਿਨ 'ਚ ਤਾਂ ਫਿਰ ਲਾਸ਼ ਹੈ ਜਿਹੜੀ ਇੱਥੇ ਤਾਂ ਨਹੀਂ ਹੋਣੀ, ਕਿਉਂਕਿ ਪਾਣੀ ਵਹਿੰਦਾ ਹੈ ਜੀ। ਲਾਸ਼ ਤਾਂ ਜੀ 20 ਦਿਨ ਦੇ ਵਿੱਚ ਕਿਤੇ ਤੇ ਕਿਤੇ ਪਹੁੰਚ ਗਈ ਹੋਣੀ ਜੀ। ਅੱਛਾ, ਕੋਈ ਨਹੀਂ, ਆਪਾਂ ਅੱਗੇ ਅੱਗੇ ਫੋਨ ਕਰ ਲੈਂਦੇ ਜੇ ਅੱਗੇ ਹੋਈ ਲਾਸ਼ ਮਿਲ ਜਾਣੀ। ਠੀਕ ਹੈ, ਹਾਂ ਮੈਂ ਫੋਨ ਕਰਦਾ ਜੀ। ਹਾਂਜੀ, ਅਸੀਂ ਕਿਸੇ ਚੀਜ਼ ਦੀ ਉਹਨੂੰ ਘਾਟ ਨਹੀਂ ਰੱਖੀ ਕਦੇ ਵੀ। ਹਾਂ ਗੋਲੂ ਗੋਤਾਖੋਰ ਮੈਂ ਗੱਲ ਕਰ ਰਿਹਾ। ਹਾਂ 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 ਅੱਛਾ, ਇੱਕ ਤੇਰੇ ਕੋਲ ਨਾ ਝਾਲ ਦੇ ਵਿੱਚ ਦੇਖੀ ਲਾਸ਼ ਫਸੀ ਹੋਣੀ ਹੈ, ਹੈ ਰਾਣੋ ਰਾਣੋ ਕੰਟਰੈਕਟ ਲਿਆ ਆਪਾਂ ਨੇ, ਪੇਮੈਂਟ ਦਾ ਹੋ ਗਿਆ 11,000 ਰੁਪਏ ਦਾ ਹੋ ਗਿਆ ਪੇਮੈਂਟ ਦਾ ਆਪਣੇ ਨਾਲ ਸੌਦਾ। ਹਾਂ ਹਾਂ ਆਪਾਂ ਲਾਸ਼ ਲੱਭ ਕੇ ਦੇਣੀ ਹੈ, ਤੁਹਾਨੂੰ ਪਤਾ ਆਪਾਂ ਜਿਹੜਾ ਇੱਕ ਵਾਰ ਕੰਟਰੈਕਟ ਫੜ ਲਈਏ ਫਿਰ ਆਪਾਂ ਵਾਪਸ ਨਹੀਂ ਕਰਦੇ, ਠੀਕ ਹੈ? ਹਾਂ ਅਤੇ ਪਛਾਣ ਤਾਂ ਯਾਰ ਹੈ ਨਹੀਂ,
ਤੂੰ ਦੇਖ ਲੈ ਜਿਹੜੀ ਕੋਈ ਲਾਸ਼ ਆਈ ਮੈਨੂੰ ਫੋਟੋ ਭੇਜ ਦੀ ਵਟਸਐਪ ਕਰ ਦੀ। ਇੱਕ ਲਾਸ਼ ਹੋਰ ਹੈ ਕਿਆ ਦੱਸੀ ਯਾਰ, 1100 ਰੁਪਇਆ ਦੇਣਾ ਜੇ ਤੈਨੂੰ ਲੱਭ ਗਈ ਗਾਹੇ ਤੋੜ ਦੀ। ਜੇ ਉਹ 20 ਦੀ ਸਪੀਡ ਨਾਲ ਰੋਜ਼ ਦਾ 20 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ ਤਾਂ 300 ਕਿਲੋਮੀਟਰ ਹੋ ਗਿਆ, ਤਾਂ ਮੈਨੂੰ ਲੱਗਦਾ ਵੀ ਲਾਸ਼ ਹੈ ਜਿਹੜੀ 10 ਕਿਲੋਮੀਟਰ ਗਈ ਹੋਣੀ ਹੈ। ਜੇ ਤੇਲ ਤੂਲ ਖਤਮ ਹੋ ਗਿਆ ਲਾਸ਼ ਦਾ ਭਾਈ ਸਾਹਿਬ, ਤਾਂ ਭਾਈ ਸਾਹਿਬ ਮਜ਼ਾਕ ਕਰ ਰਹੇ, ਸਾਡਾ ਆਪਣਾ ਹਾਸੀ ਮਖੌਲ ਵਿਚਾਰ। ਹਾਂ ਤੂੰ ਆਪਣੀ ਝਾਲ ਦੇ ਵਿੱਚ ਲਾਸ਼ ਦੇਖੀ? ਹਾਂ ਠੀਕ ਹੈ ਠੀਕ ਹੈ, ਚੰਗਾ ਦੇਖੋ ਜੀ ਮੈਂ ਅੱਗੇ ਝਾਲ 'ਚ ਤਾਂ ਕਹਿਤਾ ਲਾਸ਼ ਮਿਲ ਜਾਣੀ ਉੱਥੇ, ਲਾਸ਼ ਦੀ ਤੁਸੀਂ ਫਿਕਰ ਨਾ ਕਰੋ, ਲਾਸ਼ ਲੱਭ ਦਾਂਗੇ ਠੀਕ ਹੈ ਜੀ। ਪਰ ਮੈਂ 15 ਦਿਨ ਹੋ ਗਏ ਜੀ, ਜੇ ਤੁਸੀਂ ਕਹਿੰਦੇ 20 ਦਿਨ ਲਾ ਲਓ ਤਾਂ 15 ਦਿਨਾਂ ਤੋਂ ਬਾਅਦ ਜਿਹੜੀ ਲਾਸ਼ ਹੈ ਫਿਰ ਉਹ ਦਰਾਹੇ ਪਹੁੰਚ ਜਾਂਦੀ ਹੈ, ਦੇਖੋ ਕਰੋ ਉੱਥੇ ਵੀ ਕਰ ਦਿੰਦੇ ਫੋਨ। ਹੈਲੋ ਲੱਛੂ ਗੋਤਾਖੋਰ, ਦਾ ਵੀ ਇੱਕ ਨਾ 15 ਤੋਂ 20 ਦਿਨ ਪੁਰਾਣੀ ਲਾਸ਼ ਹੈ ਜਿਹੜੀ ਅਸੀਂ ਤੁਹਾਡੇ ਵੱਲ ਨੂੰ ਭੇਜਤੀ ਸੀ, ਇੱਥੇ ਤਾਂ ਮਤਲਬ ਚਲੇ ਗਈ ਸੀ, ਉਹ ਜਿਹੜੀ ਲਾਸ਼ ਹੈ ਉਹ ਦੇਖੋ ਤੁਹਾਡੇ ਕੋਲ ਪਹੁੰਚ ਗਈ ਹੋਣੀ ਹੈ। ਲਾਸ਼ ਨੇ ਮੈਨੂੰ ਫੋਨ ਕਰਕੇ ਥੋੜ੍ਹੀ ਦੱਸਣਾ ਮੈਂ ਪਹੁੰਚ ਗਈ ਸਾਡਾ। ਹਾਂ ਹਾਂ ਮੈਨੂੰ ਗਰੁੱਪ 'ਚ ਪਾ ਦੀ, ਜਿਹੜਾ ਆਪਣਾ ਵਟਸਐਪ ਗਰੁੱਪ ਹੈ ਨਾ ਉਹ 'ਚ ਮੈਨੂੰ ਲਾਸ਼ ਦੀ ਫੋਟੋ ਪਾ ਦੀ ਹੈ। ਹਾਂ ਠੀਕ ਹੈ ਠੀਕ, ਲਓ ਜੀ ਤੁਹਾਡਾ ਕੰਮ ਹੋ ਗਿਆ ਜੀ। ਜੇ ਲਾਸ਼ ਪਹਿਲਾਂ ਵਾਲੀ ਝਾਲ 'ਚ ਨਾ ਮਿਲੀ ਤਾਂ ਦੂਜੀ ਝਾਲ 'ਚ ਤਾਂ 100% ਹੈ ਜੀ, ਇੱਥੇ ਵੀ ਲੱਭ ਲੈਣੀ ਹੈ, ਆਪਾਂ ਨੇ ਕਸਰ ਨਹੀਂ ਛੱਡਣੀ ਕੋਈ ਲੱਭਣ 'ਚ। ਹਾਂ ਲਾਸ਼ ਆਪਾਂ ਨੇ ਲੱਭ ਲੈਣੀ ਹੈ, ਮੈਂ ਫੋਨ ਰੱਖ ਕੇ ਮੈਂ ਦੁਬਾਰਾ ਚੱਲਿਆ ਜੀ। ਹਾਂ ਮੈਂ ਲੱਭ ਲੈਣੀ ਲਾਸ਼, ਕੋਈ ਗੱਲ ਨਹੀਂ। ਹਾਂ ਮੈਂ ਉਹਨੂੰ ਕਦੇ ਮਨਾ ਨਹੀਂ ਕੀਤਾ ਭਾਈ ਸਾਹਿਬ, ਜੋ ਮਰਜ਼ੀ ਖਾਵੇ ਉਹ। ਉਹਨਾਂ ਦੀ ਹਾਈਟ ਇੰਨੀ ਕਿਸੇ? ਨਹੀਂ ਨਹੀਂ ਤਾਂ ਜ਼ਿਆਦਾ ਬਹੁਤ ਆ। ਇੰਨੀ ਕਿਸੇ? ਨਹੀਂ 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 ਇੰਨੀ ਨਹੀਂ ਨਹੀਂ ਇੰਨੀ ਤਾਂ ਬਹੁਤ ਜ਼ਿਆਦਾ ਹੈ। ਹੋਰ ਕਿੰਨੀ ਹਾਈਟ ਸੀ? ਇੰਨੀ ਜੀ ਸੀ। ਇੰਨੀ ਕੁ ਕਿਹੜੀ ਰਾਣੋ ਦੀ ਹਾਈਟ ਹੁੰਦੀ ਹੈ? ਰਾਣੋ ਮੇਰੀ ਕੀੜੀ ਦਾ ਨਾਮ ਹੈ ਜੀ, ਮੇਰੀ ਕੀੜੀ ਸੀਗੀ ਜੀ ਡੁੱਬ ਗਈ, ਮੈਂ ਉਹਨੂੰ ਪਿਆਰ ਨਾਲ ਰੱਖਿਆ ਸੀ ਘਰ ਦੇ ਵਿੱਚ। ਉਹ ਯਾਰ ਤੂੰ ਕਿੱਡਾ ਮੂਰਖ ਬੰਦਾ ਹੈ ਤੂੰ, ਤਾਂ ਮੈਂ ਤੇ ਅੱਗੇ ਵੀ ਫੋਨ ਕਰਾ ਤੇ, ਮੈਂ 2 ਵਾਰ ਡੁਬਕੀ ਲਾਇਆ ਆ ਪਾਣੀ ਦੇ ਵਿੱਚ, ਉਹ ਮੈਂ ਕੀੜੀ ਲੱਭੂਗਾ ਪਾਣੀ ਵਿੱਚ ਆ ਕੇ? ਤੂੰ ਕੈਸਾ ਮੂਰਖ ਬੰਦਾ, 11000 ਰੁਪਇਆ ਵੀਰ ਦੇਣਾ ਸੀ ਤੈਨੂੰ, 11000 ਤਾਂ ਦੇਣ ਦਾ, ਮੈਂ ਪਾਣੀ 'ਚ ਕਿੱਦਾਂ ਕੀੜੀ ਲੱਭੂਗਾ? ਉਹ ਤੈਨੂੰ ਅਕਲ ਹੈ ਕੋਈ? ਤੂੰ ਸ਼ਰਮ ਨੂੰ ਹੱਥ ਮਾਰ। ਉਹ ਵੀਰ ਮੇਰੀ ਗੱਲ ਹੋਈ, ਤੈਨੂੰ ਇੱਕ ਕਮਿਟਮੈਂਟ ਹੋ ਗਈ ਗੱਲ ਨੂੰ, ਮੈਂ ਕਿ ਕਿਵੇਂ ਕੀੜੀ ਕਿਸ ਤਰ੍ਹਾਂ ਲੱਭ ਲੂ ਘਰ ਪਾਣੀ 'ਚ? ਮੈਂ ਰਸਾਈ ਵੀ ਦਿੱਤੀ ਤੈਨੂੰ। ਉਹ ਪਾਣੀ 'ਚ ਬੰਦਾ ਨਹੀਂ ਲੱਭਦਾ, ਤੂੰ ਕੀੜੀ ਦੀ ਗੱਲ ਕਰੀ ਜਾਂਦਾ ਯਾਰ। ਮੈਂ ਸਾਈ ਦਿੱਤੀ ਵੀਰੇ, ਉਹ ਯਾਰ ਕੈਸਾ ਦਿਮਾਗ ਖਰਾਬ ਕਰੀ ਜਾਂਦਾ, ਮੈਂ ਪਾਣੀ 'ਚ ਤੇਰੀ ਸਾਈ ਦੇ ਮਗਰ ਪਾਣੀ 'ਚ ਡੁਬਕੀ ਲਾ ਕੇ ਆਇਆ 2 ਵਾਰ, ਠੰਡਾ ਹੋ ਗਿਆ ਮੈਂ। ਮੇਰਾ ਪਿਆਰ ਬਹੁਤ ਆ ਯਾਰ ਰਾਣੋ ਨਾਲ, ਉਹ ਮੈਂ ਕਿਆ ਕਰਾਂ ਤੇਰੇ ਪਿਆਰ ਨੂੰ ਯਾਰ, ਕੈਸਾ ਬੰਦਾ ਯਾਰ, ਮੂਰਖ ਬੰਦਾ ਹੈ। ਇਹ ਤੋਂ ਨਹੀਂ ਲੱਭ ਹੋਣੀ, ਮੈਂ ਕੋਈ ਬੰਦਾ ਹੋਰ ਦੇਖਦਾ ਯਾਰ। 11000 ਰੁਪਏ ਦੀ ਕਮਿਟਮੈਂਟ ਨਹੀਂ ਕਰੀ ਮੈਂ ਤੇਰੇ ਨਾਲ? ਓ ਯਾਰ ਬਾਬਾ ਤੂੰ ਮੇਤੇ ਲੈ ਲਈ 500 ਰੁਪਇਆ, ਤੂੰ ਜਾ ਇੱਥੇ ਦੇ। 500 ਕਾਹਦਾ ਲੈ ਲਈ? ਮੈਂ ਕੈਸਾ ਬੰਦਾ ਯਾਰ, ਸ਼ਾਮ ਦਾ ਟਾਈਮ ਹੈ, ਅੱਜ ਮੈਂ ਸਾਰਾ ਦਿਨ ਕੱਟਣਾ, ਤਾਂ ਮੇਰਾ ਦਿਮਾਗ ਖਰਾਬ ਕਰਤਾ, ਉਹ ਮੈਨੂੰ ਕੀੜੀ ਨਾ ਦਿਖਾਈ ਜਾ ਇਸ ਤਰ੍ਹਾਂ। ਮੈਂ ਤਾਂ ਉਹਦਾ ਸੰਸਕਾਰ ਕਰਨਾ ਜੀ। ਓ ਯਾਰ ਮੈਂ ਕਹਿੰਦਾ ਸਾਰੇ ਮੱਲੇ ਨੂੰ ਰੋਟੀ ਖਵਾਉਣੀ ਆ ਮੈਂ, ਇਹ ਕਹਿੰਦੇ ਸੀ ਅਸੀਂ ਪ੍ਰੋਫੈਸ਼ਨਲ ਹੁੰਦੇ ਆ, ਅਸੀਂ ਲੱਛੂ ਨੂੰ ਫੋਨ ਕਰਤਾ, ਗੋਲੂ ਨੂੰ ਫੋਨ ਕਰਤਾ, ਸਭ ਸਾਲੇ ਨਖੇਦਰ ਨਿਕਲੇ, ਕੋਈ ਨਹੀਂ ਆਇਆ ਕੰਮ, ਲਾਸ਼ ਨਹੀਂ ਲੱਭੀਗੀ। ਉਹ ਜਾਲੇ 'ਚ ਫਸ ਜੂਗੀ ਜੀ ਲਾਸ਼, ਉਹ ਫੁੱਲ ਗਈ ਹੋਣੀ, ਸਭ ਗੱਪਾਂ ਸੀਗੀਆਂ। ਸਾਈ ਦਿੱਤੀ ਆ ਭਾਈ ਸਾਹਿਬ, ਮੈਂ ਸਾਈ? ਉਹ ਸਾਈ ਤੂੰ ਮੇਤੇ ਲੈ ਲਈ ਯਾਰ, ਸਾਈ ਮੈਂ ਤੈਨੂੰ ਦੇ ਦੂੰਗਾ ਸਾਈ। ਉਹ ਯਾਰ ਪਰ ਕੀੜੀ ਦੀ ਲਾਸ਼ ਕਿਸ ਤਰ੍ਹਾਂ ਲੱਭੀ ਯਾਰ ਤੂੰ? ਯਾਰ ਕਮਿਟਮੈਂਟ ਕਰਕੇ ਮੁੱਕਰ ਗਿਆ, ਤੂੰ ਬੋਲਦਾ ਨਹੀਂ ਗਾ।
ਚੱਲ ਭਾਈ ਸਾਹਿਬ ਤੂੰ ਸਿੱਧੀ ਤਰ੍ਹਾਂ ਕਹਿ ਵੀ ਤੇਰੇ ਬਸ ਦੀ ਗੱਲ ਨੀ ਹੈ। ਮੇਰੇ ਬਸ ਦੀ ਗੱਲ ਨੀ ਬਾਬਾ। ਯੂ ਆਰ ਨੋਨ ਪ੍ਰੋਫੈਸ਼ਨਲ ਗੋਤਾਖੋਰ। ਮੇਰੇ ਬਸ ਦੀ ਗੱਲ ਨੀ ਬਾਬਾ। ਠੀਕ ਆ ਭਾਈ ਸਾਹਿਬ ਮੈਂ ਚੱਲਿਆ, ਤੁਸੀਂ ਇਸ ਗੱਲ ਦੇ ਗਵਾਹ। ਇਹ ਤਾਂ ਲੱਭ ਨੀ ਲਈ ਲਾਸ਼, ਜੇ ਕੀੜੀ ਦੀ ਹੋਵੇ ਚਾਹੇ ਜਨਾਨੀ ਦੀ ਹੋਵੇ। ਮੈਂ ਇਹਦੀ ਜਨਾਨੀ ਦੀ ਲਾਸ਼ ਲੱਭਣੀ ਆ ਜੇ 3 ਦਿਨ ਹੋ ਕੇ ਬੰਦੇ ਨੂੰ ਬੈਠੇ ਨੂੰ। ਦੁਨੀਆ ਦੇ ਵਿੱਚ ਜਨਾਨੀਆਂ ਬਹੁਤ ਹੈ, ਕੀੜੀਆਂ ਘਟ ਰਹੀਆਂ ਨੇ, ਕੀੜੀਆਂ ਦੀ ਲਾਸ਼ਾਂ ਲੱਭਣ ਦੀ ਲੋੜ ਆ ਸਾਨੂੰ। ਬਾਬਾ ਤੂੰ ਇੱਥੇ ਤੇ ਵੀ ਜਾ, ਤੂੰ ਵੀ ਘਟ ਇੱਥੇ ਤੇ। ਆ ਦੇਖ ਲਓ ਭਾਈ ਸਾਹਿਬ ਤੁਸੀਂ ਗਵਾਹ ਇਸ ਗੱਲ ਤੇ। ਉਹ ਕੈਸਾ ਬੰਦਾ ਯਾਰ, ਇਹ ਕੀੜੀ ਲੱਭਣ ਆ ਗਿਆ, ਤੂੰ ਬੋਲ ਕੁਛ। ਯਾਰ ਮੇਰੀ ਜਦ ਗੱਲ ਹੋ ਗਈ ਤੇ ਨਾਲ 11,000 ਰੁਪਏ, ਤੂੰ ਗਵਾਹ ਇਸ ਗੱਲ ਦਾ। ਉਹ ਤੂੰ ਵੀ ਬੋਲ ਲਾ ਕੁਛ। ਇਹ ਕੋਈ ਗੱਲ ਹੈ? ਉਹ ਮੈਂ 11,000 ਰੁਪਈਆ ਦੇਣਾ ਸੀ। ਮੈਂ ਲਿਆ, ਮੈਂ ਲਾਸ਼ ਲੱਭ ਗਈ। ਤੁਸੀਂ ਲੈ ਦੋਗੇ? ਹਾਂਜੀ, ਮੈਂ 11,000 ਤੁਹਾਨੂੰ ਦੇ ਦੂੰਗਾ। ਠੀਕ ਹੈ, ਲਿਆਓ। ਦੇਖਿਆ ਆਇਆ ਹੁੰਦੀ ਆ ਗੱਲ, ਇਹਦੀ ਘਰ ਵਾਲੀ ਦੀ ਲਾਸ਼ ਮੈਂ ਲੱਭਣੀ, ਇਹ ਤੇਰੀ ਕੀੜੀ ਦੀ ਲਾਸ਼ ਕਿੱਥੇ ਤੇ ਲੱਭ ਲਿਆਊਗਾ? ਓਏ ਪ੍ਰੋਫੈਸ਼ਨ ਦੀ ਗੱਲ ਹੁੰਦੀ ਆ, ਸਮਝ ਦੀ ਗੱਲ ਹੁੰਦੀ ਆ, ਸੈਂਸ ਦੀ ਗੱਲ ਹੁੰਦੀ ਆ, ਪ੍ਰੋਫੈਸ਼ਨ ਦੀ ਗੱਲ ਹੁੰਦੀ ਆ, ਲਿਆਕਤ ਦੀ ਗੱਲ ਹੁੰਦੀ ਆ, ਅਕਲ ਦੀ ਗੱਲ ਹੁੰਦੀ ਆ, ਉਹ ਹੈ ਨਹੀਂ ਤੇਰੇ ਭੱਜੇ ਚ। ਆ ਲਓ ਥੋੜੀ ਲਾਸ਼ ਕੀੜੀ। ਮੇਰੀ ਰਾਣੋ, ਮੈਂ ਗੂਗਲ ਪੇ ਕਰਦਾ ਮੇਰੇ ਤੈਨੂੰ, ਮੈਂ ਨੰਬਰ ਭੇਜ ਦੇ ਆਪਣਾ। ਮੇਰੀ ਰਾਣੋ, ਮੈਂ 11,000 ਨਹੀਂ ਮੇਰੇ 31,000 ਦਊਂਗਾ ਤੈਨੂੰ। ਰਾਣੋ, ਮੇਰੀ ਰਾਣੋ। ਕੈਸਾ ਮੂਰਖ ਬੰਦਾ ਯਾਰ, ਕੀੜੀ ਦੀ ਲਾਸ਼ ਨੂੰ ਟੱਕੀ ਫਿਰਦਾ ਯਾਰ। ਮੂਰਖ ਤਾਂ ਤੂੰ ਆ, ਕੋਈ ਵੀ ਕੀੜੀ ਲਿਆ ਕੇ ਦੇ ਦਿੰਦਾ, ਉੱਤੇ ਕਿਹੜੇ ਲਿਖਿਆ ਸੀ ਰਾਣੋ? ਮੈਂ ਹੁਣ ਕੋਈ ਵੀ ਲਾਸ਼ ਲਿਆ ਕੇ ਦੇ ਦਵਾਂ, ਉਹਦੇ ਤੇ ਕਿਹੜਾ ਤੇਰੀ ਘਰ ਵਾਲੀ ਲਿਖਿਆ ਹੋਊ?